रहीम अस्सलाम वालेकुम जी, किदां जी सारे ठीक हो? हाँ जी जी, असी जी पक्की मिट्टी चिकनी मिट्टी जी जमा कर रहे हैं, लेके जा रहे हैं जी उधर मिट्टी वाले घर, क्योंकि उत्थे मिट्टी का कम शम होना सीगा। मिट्टी लभी तो बड़ी, सानू पक्की नहीं लभी, तो मिट्टी नेड़ी साढ़े मौजूद सी इत्थे खत्ता, आप तुसीं देख सकते हो। मम्मा जी किन्नियां क्रेड़ियां लैके जानियां? ਅਮਾਦ ਭਾਈ ਆਉਣ, ਭਾਈ 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 ਛੋੜ ਕੇ ਆਉਂਦੇ ਆ ਜੀ ਮਿੱਟੀ, ਅਸੀਂ ਪੱਟਦੇ ਹਾਂ ਜੀ ਮਿੱਟੀ, ਹੋਰ ਦੋ ਤਿੰਨ ਰੇੜੀਆਂ ਸਿੱਟ ਲਈਏ, ਫਿਰ ਬਾਅਦ ਜਿਹੜਾ ਕੰਮ ਸ਼ਾਮ ਹੋਏਗਾ ਚੁੱਲ੍ਹੇ ਡਿਜ਼ਾਇਨਿੰਗ ਸਾਰਾ ਕੁਛ ਫਿਰ ਉਹ ਕੰਟੀਨਿਊ ਰੱਖਾਂਗੇ। ਸਿੱਟੀਆਂ ਦੀ ਸੀਗੀ ਲਿਜਾਣੀ ਬਹੁਤ ਜ਼ਿਆਦਾ ਔਖੀ ਸੀ, ਹੁਣ ਦੂਸਰੀ ਰਕਸ਼ਾ ਰੇੜੀ ਆ, ਹੁਣ ਲੈ ਕੇ ਚੱਲੇ ਆ। ਤਾਂ ਅਮਾਲ ਭਾਈ ਕੋਸ਼ਿਸ਼ ਕਰਿਓ ਕਿ ਅੰਦਰ ਹੀ ਸਿੱਟ ਜਾਵੇ। ਚਲੋ ਜੀ, ਚਲੋ ਭਾਈ, ਚਲੋ ਸਾਡੀ ਰਕਸ਼ਾ ਰੇੜੀ ਸੀਗੀ, ਉੱਪਰ ਲਿਜਾਂਦੇ ਲਿਜਾਂਦੇ ਇੱਥੇ ਅੜ ਗਈ ਆ, ਤਿੰਨ ਚਾਰ ਦਫ਼ਾ ਕੋਸ਼ਿਸ਼ ਕੀਤੀ ਆ, ਹੁਣ ਜੀ ਸਾਰੇ ਬੱਠਲਾਂ ਨਾਲ ਮਿੱਟੀ ਅੰਦਰ ਢੋਣੀ ਪੈਣੀ ਆ, ਅਤੇ ਹੁਣ ਜੀ ਬੱਠਲਾਂ ਨਾਲ ਸਿੱਟਦੇ ਆ। ਆਓ ਜੀ ਭਾਈ, ਬਿਸਮਿਲ੍ਲਾ ਜੀ, ਆ ਜਾਓ ਆ ਜਾਓ ਪਿੱਛੋਂ ਲਾ ਲਓ ਨਾ। ਹਾਂਜੀ ਜੀ, ਅਸੀਂ ਟਰੈਕਟਰ ਦੀ ਮਦਦ ਟਰੈਕਟਰ ਦੇ ਨਾਲ ਜੀ ਮਦਦ ਨਾਲ ਜੀ ਰਕਸ਼ਾ ਅੰਦਰ ਨੂੰ ਲੈ ਕੇ ਆਉਂਦਾ ਵਾ, ਹੁਣ ਜੀ ਮਿੱਟੀ ਅੰਦਰ ਸਿੱਟ ਲਈਏ, ਹੋਰ ਜਮ੍ਹਾਂ ਜਮ੍ਹਾਂ ਕਰ ਲਈਏ, ਕੁਛ ਚੱਕਰ ਚੁੱਕਰ ਚਾਰ ਕੁ ਲਾ ਲਈਏ।
ਗਿਆ ਜੀ ਲੱਗ ਪਤਾ ਗਿਆ ਹਾਂਜੀ ਜੀ ਮੇਰੇ ਨਿੱਕੇ ਨਿੱਕੇ ਭਰਾ ਜੀ ਖੱਪ ਗਿਆ ਉਹ ਮਿੱਟੀ ਲੈ ਕੇ ਆਉਂਦੀ ਉਹ ਲਿਆਂਦੀ ਆਹ ਲੈ ਕੇ ਆਉਂਦੀ ਤੇ ਰੁਕ ਜਾਓ ਹੱਥਾਂ ਤੇ ਛਾਲੇ ਨਿਕਲੇ ਲੋ ਨਿਕਲੇ ਹਾਂਜੀ ਹੱਥ ਸਾਰੇ ਖਰਾਬ ਹੋ ਗਏ ਨਿਕਲੇ ਨਿਕਲੇ ਭਾਈ ਦੇ ਖੱਪ ਖੱਪ ਕੇ ਐਡਾ ਕੋਈ ਸੌਖਾ ਕੰਮ ਨਹੀਂ ਹੁੰਦਾ दो चक्कर वारी असि उत्थे रहे सी दो चक्कर इन्होंने खुद लगाया बाकी जी तुसी देख सकते हो सारा पानी लगा दिता कुछ सब्जी निकली सानू ऐतकी बीज सानू सही नहीं दिता हैगा साडी कुछ सब्जी निकली नहीं कुछ सब्जी निकली नहीं ਹੋਰ ਯਾਰ ਵੀ ਉਹ ਸਬਜ਼ੀ ਸੁਬਜ਼ੀ ਕੁਛ ਵੀ ਨਿਕਲੇ ਦੋ ਵਾਰੀ ਵੀ ਲਿਆਂਦੇ ਸਹੀ ਨਿਕਲੀ ਐਸ ਪਰ ਫਿਰ ਦੇਖ ਕੇ ਕਰਿਆ ਬੀਜ ਨਹੀਂ ਸਹੀ ਦਿੱਤੇ ਤੇ ਹਾਂਜੀ ਜੀ ਆ ਪੁਦੀਨਾ ਲਗਾਇਆ ਹੁਣ ਔਰ ਜਿਹੜਾ ਪਹਿਲੇ ਵਾਲਾ ਸੀ ਉਹ ਉੱਗ ਗਿਆ ਸੀ ਆ ਕੁਛ ਹੋਰ ਲੈ ਕੇ ਆਂਦਾ ਸੀ ਨਾ ਇੱਕ ਬੂਟੀ ਤਾਂ ਉਹ ਲਗਾਈ ਆ ਬਾਕੀ ਜੀ ਆ ਜਿਹੜੀ ਮਿੱਟੀ ਆ ਨਾ ਸਾਰੀ ਹੁਣ ਇਹਨੂੰ ਸਾਰੀ ਨੂੰ ਕੁੱਟਾਂਗੇ ਕੁੱਟ ਕੇ ਇਹਨੂੰ ਬਰੀਕ ਕਰਕੇ ਇਹਦੇ ਵਿੱਚ ਤੂੜੀ ਮਿਕਸ ਕਰਕੇ ਹੁਣ ਤੂੜੀ ਵੀ ਭਾਈ ਲੱਭ ਕੇ ਲਿਆਉਂਦੇ ਆ ਫਿਰ ਜੀ ਇਸ ਮਿੱਟੀ ਨੂੰ ਭਿੰਨੇ ਆ ਦੋ ਰੇੜੀਆਂ ਆ ਵਾ ਦੋ ਰੇੜੀਆਂ ਹੋ ਰਹੀਆਂ ਉਹ ਬਾਅਦ ਸਹੀ ਆ ਬਹੁਤ ਆ ਫਿਲਹਾਲ ਇਸਤੇਮਾਲ ਹੈ ਹਨਾ ਉਹ ਤਾਂ ਸਾਈਡ ਤੇ ਲਵਾਤੀ ਨਾ ਉਹ ਕੁਝ ਦਿਨ ਪੀ ਰਵੇ ਆ ਹੁਣ ਆਪਾਂ ਅੱਧੀ ਭੇਣੀ ਆ ਸਾਰੀ ਨਹੀਂ ਭੇਣੀ ਅੱਛਾ ਜੀ ਹੋਰ ਕੀ ਕਰਨਾ ਹੁਣ ਤੂੜੀ ਲਿਆਈਏ ਭੇਈਏ ਤੇ ਘਰਾਂ ਚਲੀਏ ਜੀ ਆ ਜੀ ਅਸੀਂ ਤੂੜੀ ਵੀ ਲੈ ਆਏ ਜੀ ਆ ਤੂੜੀ ਕੁਛ ਇੱਥੇ ਰੱਖੀ ਆ ਕੁਛ ਤੂੜੀ ਬਾਹਰ ਰੱਖੀ ਆ ਕਿਉਂਕਿ ਜਿਹੜੀ ਹੁਣ ਮਿੱਟੀ ਭੇਣੀ ਸੀ ਨਾ ਉਸ ਹਿਸਾਬ ਨਾਲ ਥੋੜ੍ਹੀ ਆ ਜੀ ਆ ਗਈ ਆ ਪਾਣੀ
ਕਣੀ ਬਣਾ ਰਿਹਾ ਬਾਲਟੀ ਭਰੀ ਪਈ ਹੁਣ ਮਾਧਵਾ ਹੀ ਜਾਣ ਦਾ ਇੰਤਜ਼ਾਰ ਆ ਪਾਣੀ ਮੈਂ ਰੱਖਾਂ ਵਿੱਚ ਚਲੋ ਜੇ ਮੈਂ ਸਹੀ ਕਰੇ ਸਾਰੀ ਜ਼ੋਰ ਕੇ ਵਿੱਚ ਪਾਣੀ ਭਰ ਦਿੰਦੀ ਆ ਸ਼ਾਮ ਪੈ ਗਈ ਪਾਣੀ ਵਾਹੋ ਪੈਣਾ ਗਲ ਕਾਲੇ ਵਾਹੋ ਗੇੜਨਾ ਪੈਣਾ ਸ਼ਾਮ ਪੈ ਗਈ ਸੁਬਹ ਦੇ ਅਸੀਂ ਆਏ ਹੋਏ ਹਾਂ ਮਿੱਟੀ ਇਕੱਠੀ ਕਰਨ ਨੇ ਬੜਾ ਟਾਈਮ ਲੱਗ ਗਿਆ ਅਤੇ ਥੋੜ੍ਹੀ ਫਿਰ ਹੁਣ ਘਾਣੀ ਹੋ ਗਈ ਉਸਤਾਦ ਜੀ ਪਾਣੀ ਪਾ ਦਿਓ ਉਧਰ ਘਰ ਹੁੰਦੇ ਆ ਤੇ ਨਾ ਟੈਬ ਨੂੰ ਲੱਗੇ ਰਹਿੰਦੇ ਆ ਨਿਆਣੇ ਇੱਥੇ ਇੱਥੇ ਪਾ ਦੇਣਾ ਪਾਈ ਬਾਕੀ ਕੰਮ ਸ਼ਾਮ ਨਬੇੜ ਕੇ ਫਿਰ ਬਾਅਦ ਚ ਵਿਹੜਾ ਲਿਪ ਲਾਂਗੇ ਹਾਂਜੀ ਜੀ ਅਸੀਂ ਘਾਣੀ ਸਾਰੀ ਭਰ ਦਿੱਤੀ ਆ ਪਾਣੀ ਦੇ ਨਾਲ ਹੁਣ ਆਪੇ ਹੌਲੀ ਹੌਲੀ ਹੋ ਜੂ ਸਹੀ ਅਤੇ ਹਾਂਜੀ ਜੀ ਅੱਜ ਦਾ ਜਿਹੜਾ ਕੰਮ ਸ਼ਾਮ ਸੀ ਹੋ ਗਿਆ ਕੰਪਲੀਟ ਹੁਣ ਕੱਲ੍ਹ ਮਿਲਦੇ ਹਾਂ ਬਹੁਤ ਸਾਰਾ ਖਿਆਲ ਰੱਖਿਓ ਦੁਆ ਵਿੱਚ ਯਾਦ ਰੱਖਿਓ ਕੱਲ੍ਹ ਮਿਲਦੇ ਹਾਂ ਚੱਲ ਆਪੇ